ਭਾਈ ਗੁਰੂ ਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਦੀ ਰਹਿਨਮਾਈ ਹੇਠ ਚਲਦੇ ਦਾਤਾਬੰਦੀ ਸ਼ੋਰ ਪਬਲਿਕ ਸਕੂਲ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮਤੀਰਥ ਰੋਡ ਵਿਖੇ ਵਿਸ਼ੇਸ਼ ਜਨਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਾਗ ਲਿਆ ਇਸ ਮੌਕੇ ਭਾਈ ਮਨਦੀਪ ਸਿੰਘ ਭਾਈ ਗੁਰਚਰਨ ਸਿੰਘ ਨੇ ਕਥਾ ਕਰ ਸੰਗਤਾਂ ਨੂੰ ਨੇਹਾਲ ਕੀਤਾ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਇਸ ਮੌਕੇ ਪ੍ਰਿੰਸੀਪਲ ਆਰਤੀ ਭਾਈ ਅਮ੍ਰਿਤೇಶ್ਵਰ ਸਿੰਘ ਭਾਈ ਸਿਮਰਨਜੀਤ ਸਿੰਘ ਪਾਈ ਜਸਵਿੰਦਰ ਸਿੰਘ ਪਾਈ ਰੋਬਿੰਦ ਸਿੰਘ ਵੀ ਮੌਜੂਦ ਸਨ ਪ੍ਰੋਗਰਾਮ ਦਾ ਸਬੰਧ ਬਾਬਾ ਦੀਪ ਸਿੰਘ ਜੀ ਦੀ ਅਪਾਰ ਬਖਸ਼ਿਸ਼ ਦਾ صدਕਾ ਜੋ ਹਰ ਮਹੀਨੇ ਦੀ 27 ਤਰੀਕ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾ ਤਬੰਦੀਸ਼ ਰੋਡ ਪਬਲਿਕ ਸਕੂਲ ਰਾਮਤੀਰਥ ਰੋਡ ਵਿਖੇ ਸਮਾਗਮ ਰੱਖੇ ਜਾਂਦੇ ਨੇ ਇਸ ਵਾਰੀ ਵੀ ਪਿਤਾ ਜੀ ਨੇ ਤਰਸ ਦਾ ਖਾਤਾ ਖੋਲਿਆ ਇਹ ਸਾਰੇ ਸਮਾਗਮ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਹੋਏ